ਡੇਰਾ ਪ੍ਰੇਮੀਆਂ ਦੀ ਗੁਪਤ ਮੀਟਿੰਗ ਹੋਈ ਹੈ ਇੱਕ ਲੀਡਰ ਦੇ ਨਾਲ, ਕੀ ਵਿਚਾਰ ਚਰਚਾ ਹੋਈ ਹੋਵੇਗੀ ਸਭ ਜਾਣਦੇ ਨੇ ਕਿਉਂਕਿ ਵੋਟਾਂ ਦਾ ਉੱਥੇ ਦੌਰ ਚੱਲ ਰਿਹਾ ਜੀ। ਹਰਿਆਣੇ ਦੇ ਬਹੁਤ ਸਾਰੇ ਹਲਕਿਆਂ ਦੇ ਵਿੱਚ ਡੇਰਾ ਸਿਰਸਾ ਦਾ ਕਾਫੀ ਪ੍ਰਭਾਵ ਹੈ। ਬੀਜੇਪੀ ਹੈਗੀ ਆ ਉਹ ਖਾਸ ਕਰਕੇ ਸਿਰਸੇ ਦੇ ਜਿਹੜੇ ਮੁਖੀ ਹੈਗੇ ਆ, ਮਾਲਕ ਹੈਗੇ ਆ ਡੇਰੇ ਸਿਰਸੇ ਦੇ, ਉਹਨਾਂ 'ਤੇ ਤਵੱਜੋ ਰੱਖੀ ਹੋਈ ਹੈ ਵੀ ਸਾਡੇ ਵਾਲੇ ਪਾਸੇ ਉਹ ਝੁਕਣਗੇ। ਅਤੇ ਕਾਫੀ ਲੰਮੀ ਮੀਟਿੰਗ ਉਹ ਆਉਣ ਤੋਂ ਬਾਅਦ ਪਤਾ ਇਹ ਲੱਗਿਆ ਕਿ ਬਾਹਰ ਆ ਕੇ ਸਰਸੇ ਦੇ ਪ੍ਰੇਮੀਆਂ ਨੇ ਉਹਨਾਂ ਦਾ ਸਮਰਥਨ ਦੇਣ ਦਾ ਐਲਾਨ ਕਰਤਾ। ਉਹ ਫੈਸਲਾ ਜਿਹੜਾ ਹੈਗਾ ਉਹ ਥਾਂ ਥਾਂ 'ਤੇ ਪਹੁੰਚ ਜਾਏਗਾ ਬਹੁਤ ਜਲਦੀ, ਕੋਈ ਵਟਸਐਪ ਗਰੁੱਪ ਰਾਹੀਂ, ਕੋਈ ਟੈਕਸਟ ਮੈਸੇਜ ਰਾਹੀਂ ਕਿ ਭਾਈ ਕਿਹਨੂੰ ਸਮਰਥਨ ਕਰਨਾ ਤੁਸੀਂ। ਪਤਾ ਇਹ ਵੀ ਲੱਗਿਆ ਕਿ ਸਰਸੇ ਵਾਲੇ ਜਿਹੜੇ ਹੈਗੇ ਆ ਇਸ ਵਾਰੀ ਉਮੀਦਵਾਰ ਦਰ ਉਮੀਦਵਾਰ ਦਾ ਸਮਰਥਨ ਕਰਨਗੇ। ਸਤਿ ਸ਼੍ਰੀ ਅਕਾਲ, D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹੈ। ਹਰਿਆਣੇ ਦੇ ਵਿੱਚ ਚੋਣਾਂ ਦਾ ਸਿਲਸਿਲਾ ਜਾਰੀ ਹੈ, ਕੱਲ੍ਹ ਵੋਟਿੰਗ ਹੋਣੀ ਹੈ ਅਤੇ ਚੋਣ ਪ੍ਰਚਾਰ ਦੇ ਉੱਤੇ ਵਿਰਾਮ ਲੱਗ ਚੁੱਕਿਆ ਹੈ ਅਤੇ ਇਸੇ ਦੇ ਚੱਲਦਿਆਂ ਡੇਰਾ ਮੁਖੀ ਰਾਮ ਰਹੀਮ ਨੂੰ ਜਿਹੜੀ ਪੈਰੋਲ ਮਿਲੀ ਆ ਉਹਨੇ ਵੀ ਚਰਚਾ ਛੇੜ ਦਿੱਤੀ ਹੈ। ਹਾਲਾਂਕਿ ਡੇਰਾ ਮੁਖੀ ਰਾਮ ਰਹੀਮ ਦੇ ਸੰਦੇਸ਼ ਵੀ ਆ ਰਹੇ ਨੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਸੰਗਤ ਆ ਜਾਂ ਜਿਹੜੇ ਉਹਨਾਂ ਨੂੰ ਮੰਨਣ ਵਾਲੇ ਲੋਕ ਨੇ ਉਹ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਸੇਵਾ ਅਤੇ ਸਿਮਰਨ ਕਰਨ। ਉਹਦੇ ਬਾਵਜੂਦ ਚਰਚਾ ਇਹ ਵੀ ਹੈ ਕਿ ਕਈ ਥਾਵਾਂ ਦੇ ਉੱਤੇ ਨਾਮ ਚਰਚਾਵਾਂ ਵੀ ਹੋ ਰਹੀਆਂ ਨੇ ਅਤੇ ਹੁਣ ਇੱਕ ਹੋਰ ਖਬਰ ਹੈ ਇਸੇ ਨਾਲ ਜੁੜੀ ਹੋਈ। ਡੇਰਾ ਪ੍ਰੇਮੀਆਂ ਦੀ ਗੁਪਤ ਮੀਟਿੰਗ ਹੋਈ ਹੈ ਇੱਕ ਲੀਡਰ ਦੇ ਨਾਲ, ਕਿਹਦੇ ਨਾਲ ਹੋਈ ਹੈ? ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਗੁਰਨਾਮ ਸਿੰਘ ਅਕੀਦਾ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਅਕੀਦਾ ਸਾਹਿਬ ਸਵਾਗਤ ਹੈ ਜੀ। ਧੰਨਵਾਦ ਧਰਮਿੰਦਰ ਜੀ, ਸ਼ੁਕਰੀਆ ਤੁਹਾਡਾ। ਅਕੀਦਾ ਸਾਹਿਬ, ਮੀਟਿੰਗ ਹੋਈ ਹੈ ਜੀ, ਕੀ ਵਿਚਾਰ ਚਰਚਾ ਹੋਈ ਹੋਵੇਗੀ ਸਭ ਜਾਣਦੇ ਨੇ ਕਿਉਂਕਿ ਵੋਟਾਂ ਦਾ ਉੱਥੇ ਇੱਕ ਤਰ੍ਹਾਂ ਦਾ ਦੌਰ ਚੱਲ ਰਿਹਾ ਜੀ। ਦੇਖੋ, ਡੇਰਾ ਸਿਰਸਾ ਦੇ ਵਿੱਚ ਜਿਹੜਾ ਹਰਿਆਣਾ ਹੈਗਾ ਨਾ ਜੀ, ਹਰਿਆਣੇ ਦੇ ਬਹੁਤ ਸਾਰੇ ਹਲਕਿਆਂ ਦੇ ਵਿੱਚ ਡੇਰਾ ਸਿਰਸਾ ਦਾ ਕਾਫੀ ਪ੍ਰਭਾਵ ਹੈਗਾ ਅਤੇ ਉਸ ਪ੍ਰਭਾਵ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੇ ਬੀਜੇਪੀ ਹੈਗੀ ਆ ਉਹ ਖਾਸ ਕਰਕੇ ਸਿਰਸੇ ਦੇ ਜਿਹੜੇ ਮੁਖੀ ਹੈਗੇ ਆ, ਮਾਲਕ ਹੈਗੇ ਆ ਡੇਰੇ ਸਿਰਸੇ ਦੇ, ਉਹਨਾਂ 'ਤੇ ਤਵੱਜੋ ਰੱਖੀ ਹੋਈ ਹੈ ਵੀ ਸਾਡੇ ਵਾਲੇ ਪਾਸੇ ਉਹ ਝੁਕਣਗੇ। ਅਤੇ ਇਸ ਤਰੀਕੇ ਨਾਲ ਹੀ ਵੱਖੋ ਵੱਖਰੇ ਕੋਈ ਗੁਪਤ ਤੌਰ 'ਤੇ ਕੋਈ ਫੋਨ ਰਾਹੀਂ ਕੋਈ, ਕਿਉਂਕਿ ਸਿਆਸੀ ਵਿੰਗ ਉਹਨਾਂ ਨੇ ਭੰਗ ਕਰਤਾ ਸੀ ਆਪਣਾ, ਸਿਆਸੀ ਵਿੰਗ ਭੰਗ ਕਰਨ ਤੋਂ ਬਾਅਦ ਫਿਰ ਹੁਣ ਡੇਰੇ ਸਿਰਸੇ ਦੇ ਮੁਖੀ 'ਤੇ ਹੀ ਗੱਲ ਹੈਗੀ ਆ ਜਾਂ ਫਿਰ ਹਨੀਪ੍ਰੀਤ ਆ ਜਾਂਦੀ ਅੱਗੇ, ਅਤੇ ਉਹਨਾਂ 'ਤੇ ਟੇਕ ਰੱਖੀ ਹੋਈ ਆ ਬੀਜੇਪੀ ਵਾਲੇ ਬੰਦਿਆਂ ਨੇ ਵੀ ਕਿਸੇ ਤਰੀਕੇ ਨਾਲ। ਟੇਕ ਇਸ ਕਰਕੇ ਵੀ ਰੱਖੀ ਹੋਈ, ਆਪਣਾ ਆਸਾਨ ਵੀ ਮੰਨਦੇ ਆ ਸਿਰਸੇ ਵਾਲੇ ਉੱਤੇ, ਸਿਰਸੇ ਵਾਲੇ ਉੱਤੇ ਅਸੀਂ ਆਸਾਨ ਕਰਦੇ ਹਾਂ, ਹਰ ਵਾਰੀ ਉਹਨੂੰ ਦਿੰਦੇ ਹਾਂ ਪੈਰੋਲ ਜੀ, ਲੋਕ ਭਾਵੇਂ ਸਾਡੀ ਬੇਇੱਜ਼ਤੀ ਕਰਦੇ ਆ, ਤੁਹਾਡੀ ਲੋਕ ਆਲੋਚਨਾ ਕਰਦੇ ਆ, ਸਾਡੀ ਕੁਛ ਵੀ ਕਰਦੇ ਆ, ਅਸੀਂ ਲੋਕਾਂ ਦੀਆਂ ਅਨੇਕਾਂ ਆਲੋਚਨਾਵਾਂ ਸਹਿ ਕੇ ਸਰਸੇ ਵਾਲੇ ਨੂੰ ਪੈਰੋਲ ਦੇ ਦਿੰਦੇ ਹਾਂ, ਫਰਲੋ ਦੇ ਦਿੰਦੇ ਹਾਂ ਜੀ। ਇਸ ਕਰਕੇ ਉਹ ਆਪਣਾ ਆਸਾਨ ਜਿਤਾਉਣਾ ਚਾਹੁੰਦੇ ਆ ਸਰਸੇ ਵਾਲੇ ਉੱਤੇ ਵੀ, ਤੇਰੇ 'ਤੇ ਆਸਾਨ ਕਰਦੇ ਹਾਂ ਅਸੀਂ ਵੀ ਤੁਸੀਂ ਸਾਨੂੰ ਵੋਟਾਂ ਪਾਓ। ਇਸੇ ਸੰਦਰਭ ਦੇ ਵਿੱਚ ਕੁਲਦੀਪ ਬਿਸਨੋਈ ਹੈਗੇ ਨੇ, ਭਾਜਪਾ ਦੇ ਉਮੀਦਵਾਰ ਨੇ ਫਤਿਹਾਬਾਦ ਤੋਂ, ਅਤੇ ਉਹਨਾਂ ਦਾ ਬੇਟਾ ਵੀ ਭਵਿਆ ਬਿਸਨੋਈ ਆ। ਵੈਸੇ ਤਾਂ ਉਹਨਾਂ ਦਾ ਬਿਸਨੋਈ ਪਰਿਵਾਰ ਦਾ, ਕੁਲਦੀਪ ਉਹਨਾਂ ਦਾ ਹਲਕੇ ਵਿੱਚ ਬਹੁਤ ਬੁਰਾ ਹਾਲ ਆ, ਖਾਲੀ ਕੁਰਸੀਆਂ ਦੇ ਹਾਰ ਪਾਏ ਜਾਂਦੇ ਨੇ ਉੱਤੇ ਉਹਨਾਂ ਦੇ ਉੱਪਰ, ਇੰਨਾ ਵਧੀਆ ਨੇ, ਪਰ ਉਹਨਾਂ ਨੇ ਸਰਸੇ ਵਾਲਿਆਂ 'ਤੇ ਟੇਕ ਰੱਖੀ ਆ। ਕੱਲ੍ਹ ਸਰਸੇ ਵਾਲਿਆਂ ਦੀ ਮੀਟਿੰਗ ਹੋਈ ਆ ਉਹਨਾਂ ਦੀ ਕੱਲ੍ਹ ਸ਼ਾਮ ਨੂੰ, ਅਤੇ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ, ਅਤੇ ਕਾਫੀ ਲੰਮੀ ਮੀਟਿੰਗ ਉਹ ਆਉਣ ਤੋਂ ਬਾਅਦ ਪਤਾ ਇਹ ਲੱਗਿਆ ਕਿ ਬਾਹਰ ਆ ਕੇ ਸਰਸੇ ਵਾਲੇ ਪ੍ਰੇਮੀਆਂ ਨੇ ਉਹਨਾਂ ਦਾ ਸਮਰਥਨ ਦੇਣ ਦਾ ਐਲਾਨ ਕਰਤਾ। ਅਤੇ ਅੱਜ ਸ਼ਾਮ ਤੱਕ ਇਹ ਫੈਸਲਾ ਹੋਏਗਾ ਕਿ ਡੇਰੇ ਸਿਰਸੇ ਦਾ ਮੁਖੀ ਜਿਹੜਾ ਹੈਗਾ, ਜਿਹੜਾ ਇਹ ਗੱਲ ਕਰ ਰਿਹਾ ਹੈ ਕਿ ਭਾਈ
ਆਪੋ ਆਪਣੇ ਘਰ ਬੈਠੋ, ਤੁਸੀਂ ਦੋ ਦਿਨ ਨਾਮ ਚਰਚਾ ਕਰਨ ਦਾ ਔਡਰ ਕੀਤਾ ਹਰਿਆਣੇ ਦੇ ਵਿੱਚ, ਭਾਈ ਦੋ ਦਿਨ ਨਾਮ ਚਰਚਾ ਕਰੋ, ਨਾਮ ਚਰਚਾ ਘਰਾਂ ਦੇ ਵਿੱਚ ਰਹੋ ਤੁਸੀਂ, ਅਤੇ ਆਪੋ ਆਪਣੇ ਘਰਾਂ ਵਿੱਚ ਰਹਿ ਕੇ ਆਰਾਮ ਕਰੋ। ਉਹ ਡੇਰਾ ਮੁਖੀ ਨੇ ਅੱਜ ਸ਼ਾਮ ਤੱਕ ਫੈਸਲਾ ਕਰਨਾ, ਉਹ ਫੈਸਲਾ ਜਿਹੜਾ ਹੈਗਾ ਉਹ ਥਾਂ ਥਾਂ 'ਤੇ ਪਹੁੰਚ ਜਾਏਗਾ ਬਹੁਤ ਜਲਦੀ, ਕੋਈ ਵਟਸਐਪ ਗਰੁੱਪ ਰਾਹੀਂ, ਕੋਈ ਟੈਕਸਟ ਮੈਸੇਜ ਰਾਹੀਂ ਕਿ ਭਾਈ ਕਿਹਨੂੰ ਸਮਰਥਨ ਕਰਨਾ ਤੁਸੀਂ। ਪਤਾ ਇਹ ਵੀ ਲੱਗਿਆ ਕਿ ਸਰਸੇ ਵਾਲੇ ਜਿਹੜੇ ਹੈਗੇ ਆ ਇਸ ਵਾਰੀ ਉਮੀਦਵਾਰ ਦਰ ਉਮੀਦਵਾਰ ਦਾ ਸਮਰਥਨ ਕਰਨਗੇ, ਕਿਸੇ ਥਾਂ 'ਤੇ ਐਨਐਲਓ ਦਾ ਸਮਰਥਨ ਕਰਨਗੇ, ਕਿਸੇ ਥਾਂ 'ਤੇ ਕਾਂਗਰਸ ਦਾ ਸਮਰਥਨ ਕਰਨਗੇ, ਕਿਸੇ ਥਾਂ 'ਤੇ ਬੀਜੇਪੀ ਦਾ ਸਮਰਥਨ ਕਰਨਗੇ। ਪਤਾ ਇਹ ਵੀ ਲੱਗਿਆ, ਪਰ ਇੱਕ ਗੱਲ ਤੁਹਾਨੂੰ ਮੈਂ ਦੱਸਦਾ ਧਿਆਨ ਗੋਚਰ ਆ ਕਿ ਪਿਛਲੇ ਲੰਮੇ ਸਮੇਂ ਤੋਂ ਸਰਸੇ ਵਾਲੇ ਪ੍ਰੇਮੀ ਜਿਸ ਵਿਅਕਤੀ ਦੀ ਮਦਦ ਕਰ ਰਹੇ ਆ, ਜਿਸ ਪਾਰਟੀ ਦੀ ਮਦਦ ਕਰ ਰਹੇ ਆ, ਉਹ ਪਾਰਟੀ ਹਾਰ ਰਹੀ ਆ। ਪੰਜਾਬ ਦੀ ਬਹੁਤ ਵੱਡੀ ਉਦਾਹਰਣ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਕੀਤੀ ਆ, ਸ਼੍ਰੋਮਣੀ ਅਕਾਲੀ ਦਲ ਪੰਜਾਬ 'ਚੋਂ ਖਤਮ ਹੀ ਹੋ ਗਿਆ। ਸਰਸੇ ਵਾਲਿਆਂ ਨੇ ਬੜਾ ਹੰਕਾਰ ਸੀ ਸਰਸੇ ਵਾਲਿਆਂ 'ਚ ਕਿ ਜਿਹਨੂੰ ਵੋਟਾਂ ਪਾ ਦਈਏ ਅਸੀਂ ਉਹਨੂੰ ਜਿਤਾ ਦਿੰਦੇ ਹਾਂ, ਪਰ ਪਤਾ ਨਹੀਂ ਉਹਨਾਂ ਦਾ ਜਿਹੜਾ ਵੱਡਾ ਗੁਰੂ ਆ ਉਹ ਗੁੱਸੇ ਹੋ ਗਏ ਉਹਨਾਂ ਨਾਲ ਵੀ ਵੋਟਾਂ ਭਾਅ ਤੁਸੀਂ ਕਿਉਂ ਪਾਉਂਦੇ ਹੋ, ਉਹਨਾਂ ਦੇ ਸਾਹ ਸਤਨਾਮ ਸਿੰਘ ਗੁੱਸੇ ਹੋ ਗਏ ਭਾਅ ਤੁਸੀਂ ਵੋਟਾਂ ਵਾਲੇ ਪਾਸੇ ਕਿਉਂ ਪਾਉਂਦੇ ਹੋ, ਕਿਉਂਕਿ ਉਹ ਵੋਟਾਂ ਦੇ ਖਿਲਾਫ਼ ਸੀਗੇ। ਸਾਹ ਸਤਨਾਮ ਸਿੰਘ ਕਹਿੰਦੇ ਸੀਗੇ ਡੇਰੇ ਵਿੱਚ ਕਿ ਯਹਾਂ ਪੇ ਵੋਟੋਂ ਔਰ ਨੋਟੋਂ ਕਾ ਕੋਈ ਕੋਈ ਵਾਸਤਾ ਨਹੀਂ ਕਿਸੇ ਨਾਲ, ਨਾ ਇੱਥੇ ਨੋਟਾਂ ਦਾ ਮਤਲਬ ਆ ਕੋਈ, ਨਾ ਇੱਥੇ ਵੋਟਾਂ ਦਾ ਮਤਲਬ ਆ ਕੋਈ। ਉਹ ਦੋਵੇਂ ਉੱਥੇ ਹੋਣ ਲੱਗ ਪਏ, ਕਹਿੰਦੇ ਉਹ ਆਪੇ ਹੀ ਚਰਚਾ ਕਰਦੇ ਨੇ ਪ੍ਰੇਮੀ ਕਿ ਸ਼ਾਇਦ ਉਹ ਵੱਡੇ ਗੁਰੂ ਗੁੱਸਾ ਹੋ ਗਏ ਤਾਂ ਹੀ ਕਹਿੰਦੇ ਜਿਹਨੂੰ ਜਿਹਦਾ ਸਮਰਥਨ ਕਰਦੇ ਨੇ ਪ੍ਰੇਮੀ ਉਹੀ ਹਾਰ ਜਾਂਦਾ। ਹਰਿਆਣੇ ਵਿੱਚ ਵੀ ਦੇਖੋ ਕਿਹਦਾ ਸਮਰਥਨ ਕਰਦੇ ਨੇ ਪ੍ਰੇਮੀ ਅਤੇ ਕਿਹੜਾ ਬੰਦਾ ਹਾਰਦਾ, ਕਿਹੜੇ ਪਾਸੇ ਵੱਲ ਹਾਰ ਪੈਂਦੀ ਆ। ਪਰ ਡੇਰੇ ਸਰਸੇ ਵਾਲਿਆਂ ਨੇ ਕੱਲ੍ਹ ਕੁਲਦੀਪ ਬਿਸਨੋਈ ਦਾ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਜੀ। ਬਿਲਕੁਲ ਜੀ, ਅਤੇ ਸਿਆਸੀ ਸਮੀਕਰਨ ਵੀ ਤੇਜ਼ੀ ਨਾਲ ਬਦਲ ਰਹੇ ਨੇ, ਕਈ ਲੀਡਰ ਪਾਰਟੀਆਂ ਛੱਡ ਕੇ ਇੱਧਰ ਉੱਧਰ ਹੋ ਰਹੇ ਨੇ। ਹਾਲਾਂਕਿ ਸਵੇਰ ਤੋਂ ਕੱਲ੍ਹ ਤੋਂ ਵੋਟਿੰਗ ਸ਼ੁਰੂ ਹੋ ਜਾਣੀ ਹੈ, ਪਰ ਉਦੋਂ ਪਹਿਲਾਂ ਹੀ ਘਰ ਵਾਪਸੀਆਂ ਹੋ ਰਹੀਆਂ ਨੇ, ਦਲ ਬਦਲੀਆਂ ਵੀ ਹੋ ਰਹੀਆਂ ਨੇ, ਅਤੇ ਜਿਹੋ ਜਿਹੇ ਸਮੀਕਰਨ ਬਣ ਰਹੇ ਨੇ ਉਹਨਾਂ ਦੀ ਅਪਡੇਟ ਵੀ ਅਸੀਂ ਤੁਹਾਨੂੰ ਲਗਾਤਾਰ ਦਿੰਦੇ ਰਹਾਂਗੇ। ਇੱਕ ਤਾਂ ਸਭ ਤੁਸੀਂ ਇਸ ਖਬਰ ਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਹਰਿਆਣਾ ਚੋਣਾਂ ਦੇ ਨਾਲ ਜੁੜੀ ਹੋਈ ਕੋਈ ਵੀ ਅਪਡੇਟ ਜਦੋਂ ਵੀ ਆਏਗੀ ਆਪਾਂ ਫਿਰ ਰੂਬਰੂ ਹੋਵਾਂਗੇ। ਆਗਿਆ ਦਿਓ, ਧੰਨਵਾਦ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਹਰ ਮਸਲੇ 'ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ 'ਤੇ ਜ਼ਬਰ, ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ 'ਤੇ ਹੋਣਗੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ, ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।